ਤੇ ਹੁਣ ਸੋਹਣੇ ਅੱਲਾ ਨੂੰ ਯਾਦ ਕਰਕੇ ਆਟਾ ਉਟਾ ਗੁੰਨਿਆ ਬੱਚਿਆਂ ਵਾਸਤੇ ਨਾਸ਼ਤਾ ਬਣਾਉਂਦੇ ਹਾਂ ਕਿਉਂਕਿ ਅੱਜ ਜੁਮੇ ਦਾ ਦਿਨ ਨੇ ਜਲਦੀ ਛੁੱਟੀ ਹੋ ਜਾਣੀ ਨੇ ਅਤੇ ਸਾਰੇ ਭੈਣ ਭਾਈਆਂ ਨੂੰ ਮੇਰੇ ਤਰਫੋਂ ਜੁਮਾ ਮੁਬਾਰਕ ਅਤੇ ਨਾਸ਼ਤਾ ਪਕਾਉਂਦੇ ਹਾਂ ਤਾਂ ਯਾਦ ਭੈਣ ਭਾਈਆਂ ਸ਼ੇਅਰ ਕਰਾਂਗੇ ਮਾਸ਼ਾ ਅੱਲਾ ਚਾਹ ਜਿਹੜੀ ਨੇ ਹੋ ਗਈ ਤਿਆਰ ਬਣ ਗਈ ਅੱਧੇ ਦੁੱਧ ਬਣਾ ਲਈ ਤਾਂ ਅੱਧਾ ਦੁੱਧ ਜਿਹੜਾ ਨਾ ਰੱਖ ਦਿੰਦਾ ਕਿਉਂਕਿ ਦੁਪਹਿਰ ਟਾਈਮ ਕੋਈ ਮਹਿਮਾਨ ਵਗੈਰਾ ਵੀ ਆ ਜਾਂਦਾ ਤੇ ਜਿਹੜਾ ਨਾ ਬੱਚੇ ਆਖੇ ਤੋਂ ਨਾ ਚਾਹ ਬਣਾ ਦਿੰਦੀ ਤੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੇਰੇ ਪਿਆਰੇ ਭੈਣ ਦਾ ਜਾਂ ਮੇਰੇ ਖੁਸ਼ ਰਹੋ ਬਾਦ ਰਹੋ ਹਮੇਸ਼ਾ ਹੱਸਦੇ ਰਹੋ ਮੁਸਕਰਾਉਂਦੇ ਰਹੋ ਤਾਂ ਅਲਹਮਦੁਲਿਲਾਹ ਅਸੀਂ ਬਿਲਕੁਲ ਠੀਕ ਠਾਕ ਹਾਂ ਤੁਮੇਂ ਕਰਨੇ ਕਿੰਨੇ ਕੁ ਸਾਡੇ ਭੈਣ ਦੇ ਸੀ ਬਿਲਕੁਲ ਠੀਕ ਠਾਕ ਖਰੀਆ ਸੰਸੇ ਪ੍ਰਾਈ ਜਿਹੜਾ ਕੋਟ ਕੇ ਵਾਪਸ ਆ ਗਈਆਂ ਬੱਚਿਆਂ ਨੂੰ ਬਲਕਿ ਛੁੱਟੀ ਹੋ ਗਈ ਉਸ ਤੋਂ ਬਾਅਦ ਮੈਂ ਆਈ ਹਾਂ ਸਵੇਰਾ ਨਾ ਆਖਿਆ ਤੂੰ ਝਾੜੂ ਲਾ ਲਾ ਮੈਂ ਕੋਲ ਜਿਹੜਾ ਨਾ ਮਸਾਲਾ ਵਗੈਰਾ ਬਣਾਇਆ ਮੈਂ ਜਿਹੜਾ ਨਾ ਦੋ ਆਲੂ ਨੇ ਥੱਲੇ ਜਿਹੜਾ ਨਾ ਪਿਆਜ਼ ਅਤੇ ਟਮਾਟਾ ਸਾਰੀਆਂ ਮਿਰਚਾਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਮੈਂ ਥੋੜ੍ਹਾ ਜਿਹਾ ਮਿਰਚ ਕੰਡਾ ਪਿਆ ਉਹ ਪਾ ਲਈਆਂ ਅਤੇ ਬਣਾ ਲਈਆਂ ਅਤੇ ਮੇਰੀ ਅੱਜ ਥੋੜ੍ਹੀ ਜਿਹੜੀ ਤਬੀਅਤ ਠੀਕ ਨਹੀਂ ਕਿਉਂਕਿ ਜਿਹੜਾ ਨਾ ਸੁਬਹਾ ਦੀ ਉੱਠੀਆਂ ਨੂੰ ਮੈਨੂੰ ਥੋੜ੍ਹੀ ਜਿਹੜੀ ਨਾ ਕਲੇ ਦੇ ਦਰਾਂ ਦੇ ਜਾਂ ਫਿਰ ਆਇਆ ਨਾ ਅਤੇ ਫਿਰ ਜਿਹੜਾ ਜਾ ਕੇ ਟੀਕਾ ਲਗਾ ਲਵਾਂਗੇ ਅਤੇ ਤਾਂ ਪਰ ਮੈਂ ਸਵੇਰਾ ਨੂੰ ਅੱਜ ਆਖਿਆ ਕਿ ਤੂੰ ਜਿਹੜਾ ਜਾਰੀ ਲਾ ਲਾ ਮੈਂ ਤੁਹਾਡੇ ਰੋਟੀ ਸਾਲਣ ਦਾ ਇੰਤਜ਼ਾਮ ਕਰ ਲਵਾਂ ਹਰ ਚੀਜ਼ ਜਿਹੜੀ ਮੈਂ ਵਿੱਚ ਪਾ ਦਿੱਤੀ ਆਲੂ ਪਿਆਜ਼ ਟਮਾਟਰ ਰਸ ਜਿਹੜੀ ਮੈਂ ਸੇਵੇਂ ਜਿਹੜੀ ਮੈਂ ਅਤੇ ਝੰਡਾ ਪਾ ਲਿਆ ਰਾਤੀ ਬਣ ਜਾਂਦੀ ਗੁੰਨੀ ਆ ਜਾਂਦੀ ਤੋਂ ਬਾਅਦ ਜਿਹੜਾ ਮੁਰਲਾ ਵਿੱਚ ਪਾ ਲਿਆ ਅਤੇ ਆਟਾ ਜਿਹੜਾ ਰੋਈ ਨਾਲ ਨਾਲ ਗੁੰਨ ਲੈਂਦੀ ਹਾਂ ਅਤੇ ਬਾਅਦ ਜਿਹੜਾ ਰੋਟੀ ਬਣਾ ਲਿਆ ਭਾਈ ਔਰ ਜਿਹੜੇ ਨੇ ਸਾਡੇ ਤੋਂ ਬਾਅਦ ਪਰਾਲੀ ਹੁਣ ਲੈ ਕੇ ਪਹੁੰਚਣ ਅਤੇ ਸਾਨੂੰ ਮੈਨੂੰ ਜਿਹੜੀ ਨੇ ਕਾਫੀ ਦੇਰ ਹੋ ਗਈ ਆਹ ਵਾਲੀ ਪਰਾਲੀ ਜਿਹੜੀ ਨੇ ਸਾਡੀ ਅਤੇ ਆਹ ਜਿਹੜੀ ਨੇ ਬਿੱਲੀ ਔਰਾਂ ਦੀ ਉਹਦੇ ਅੱਪੂ ਜਿਹੜਾ ਕੁੱਟ ਕੇ ਲੈਣ ਇਸ ਸਾਈਡ 'ਤੇ ਉਹਨਾਂ ਦੀ ਪਈ ਬਾਕੀ ਸਵੇਰਾ ਜਿਹੜਾ ਨੇ ਸਾਰਾ ਮਾਸ਼ਾ ਅੱਲਾ ਝਾੜੂ ਲਾ ਲਿਆ ਮੈਂ ਜਿਹੜੀਆਂ ਨਾਲ ਨਾਲ ਸਾਲਣ ਬਣਾ ਰਹੀ ਹਾਂ ਮੰਮਾ ਸੈਨਾ ਫਿਰਦਾ ਮੰਮਾ ਸੈਨ ਜਿਹੜਾ ਨਾ ਨਾ ਲਿਆ ਅਤੇ ਹੁਣ ਜਾ ਰਿਹਾ ਜੁਮਾ ਫੜਾ ਮੰਮਾ ਸੈਨ ਕਰ ਲਈ ਤਿਆਰੀ ਜਾ ਰਿਹਾ ਜੇਬਲ ਜਿਹੜਾ ਨਾ ਹਜੇ ਪਹੁੰਚਿਆ ਹੀ ਨਹੀਂ ਸਕੂਲੂ ਆ ਦਾ ਵਾਰਾ ਹੋਇਆ ਫਿਰਦਾ ਉਹਨੂੰ ਵੇਖ ਕੇ ਜਿਹੜਾ ਨਾ ਮੈਂ ਗੱਲ ਨਹੀਂ ਆ ਤੇਰੇ ਮਗਰੇ ਤੂੰ ਚੱਲ ਜਾ ਪਾੜਿਆ ਤੇਰੇ ਅੱਬੂ ਦਾ ਪੁੱਤ ਮੋ ਟਾਈਮ ਕੋਈ ਨਹੀਂ ਉਹ ਖਾਲਾ ਜਿਹਾ ਮਹਾਰਾਜ ਮੁੜ ਆਖਿਆ ਇਸ ਤੋਂ ਖੜਦਾ ਹੁੰਦਾ ਹੈ ਤਾਂ ਅੱਗੇ ਘਾਲ ਵੱਲ ਹੋਇਆ ਤਾਂ ਉਹਨਾਂ ਮੁੜਨਾ ਹੋ ਜਾਵੇ ਮੈਂ ਮੋ ਪਰਾਲੀ ਲਾ ਕੇ ਆ ਚੱਲ ਤੂੰ ਜਾ ਮੰਮਾ ਸਾਹਿਬ ਜਿਹੜਾ ਨਾ ਮੋਟਰਸਾਈਕਲ 'ਤੇ ਜਾ ਰਿਹਾ ਕਿਉਂਕਿ ਉੱਥੇ ਥੋੜ੍ਹਾ ਭਾਂਦੇ ਮਸਤੇ ਜਾ ਪਾਣੀ ਜਿਹੜਾ ਪਾ ਲਿਆ ਅਤੇ ਕੰਡਾ ਜਿਹੜਾ ਇਹਨੇ ਵੀ ਤੋੜ ਕੇ ਵਿੱਚ ਪਾ ਦਿੰਦੀ ਹਾਂ ਸਾਲਣ ਮਾਸ਼ਾ ਅੱਲਾ ਮਜ਼ੇਦਾਰ ਬਣ ਗਿਆ ਸੀ ਭਾਈ ਰੋਟੀ ਮਾਸ਼ਾ ਤਿਆਰ ਹੋ ਗਈ ਬਾਕੀ ਰੋਟੀਆਂ ਜਿਹੜੀ ਪਕਾ ਲਈ ਪੇੜੇ ਕਰਕੇ ਮੈਂ ਰੱਖੇ ਮੈਂ ਜਿਹੜੀ ਮਸਾਲੇ ਨੇ ਹੋ ਗਿਆ ਸੀ ਰੋਟੀਆਂ ਪਕਾ ਰਹੀ ਸੀ ਤੇ ਭਾਈ ਸਾਹਿਬ ਆਇਆ ਇਹਦੀ ਬੇਗਮ ਥੋੜ੍ਹੀ ਬਹੁਤ ਜਿਹੜੀ ਤਬੀਅਤ ਖਰਾਬ ਹੈ ਜਾ ਰਹੇ ਹਾਂ ਸ਼ਹਿਰ ਸਾਹੀਵਾਲ ਸੋਹਣੇ ਅੱਲਾ ਨੂੰ ਯਾਦ ਮਾਸ਼ਾਅੱਲਾ ਖੈਰੀ ਸਲਾਮਤੀ ਜਿਹੜਾ ਨਾ ਅਸੀਂ ਘਰੇ ਪਹੁੰਚਿਆ ਦਵਾਈਆਂ ਵਗੈਰਾ ਜਿਹੜੀਆਂ ਨੇ ਉਹ ਵੀ ਲੈ ਲਈਆਂ ਬਾਜੀ ਦੀਆਂ ਆ ਗਈਆਂ ਜਿਹੜੇ ਦਵਾਈਆਂ ਉਹਨਾਂ ਦੀ ਪੀ ਲਿਆ ਤਾਂ ਨਾਲ ਜਿਹੜਾ ਨਾ ਬਲੱਡ ਵਾਸਤੇ ਜਿਹੜਾ ਨਾ ਕੈਲਸ਼ੀਅਮ ਦੀ ਕਮੀ ਵਾਸਤੇ ਤੇ ਆਹ ਜਿਹੜੇ ਨਾ ਕੈਪਸੂਲ ਨੇ ਰਾਤ ਨੂੰ ਦੋ ਦਿਨਾਂ ਨੇ ਆਖਿਆ ਤੇ ਬਾਕੀ ਆਹ ਵਾਲਾ ਅਲਟਰਾਸਾਊਂਡ 2000 ਰੁਪਈਆ ਉਹਨਾਂ ਜਿਹੜਾ ਨੇ ਲਿਆ ਤੇ ਆਹ ਵਾਲਾ ਅਲਟਰਾਸਾਊਂਡ ਲਿਆ ਤੇ ਇਸ ਬਾਜੀ ਜਿਹੜੀ ਨਾ ਸਾਨੂੰ ਲਿਆ ਉੱਥੇ ਜਾ ਤੁਸੀਂ ਅਲਟਰਾਸਾਊਂਡ ਕਰਾਓ ਇੰਨੇ ਆ ਫਿਰ ਇਹਦੇ ਕੋਲ ਵਾਪਸ ਫਿਰ ਦੁਬਾਰਾ ਆਇਆ ਉੱਥੋਂ ਅਲਟਰਾਸਾਊਂਡ ਕਰਾ ਕੇ ਤੇ ਇਹਦੇ ਕੋਲ ਜਿਹੜੇ ਦਵਾਈ ਲਈ ਅਤੇ ਫਿਰ ਅਸੀਂ ਘਰ ਆਇਆ ਤਾਂ ਪਰ ਜਿਹੜੀ ਕਾਫੀ ਸਾਰੀ ਲੇਟ ਹੋ ਗਈ ਅਤੇ ਢੇਰ ਸਾਰੀਆਂ ਦੁਆਵਾਂ ਕਰਿਆ ਅੱਲਾ ਪਾਕ ਹਰ ਦੇ ਭੈਣਾਂ ਭਾਈ ਸਾਰੇ ਅੰਮੀ ਅੱਬੂ ਸਾਰੇ ਜਿੰਨੇ ਕਿ ਠੀਕ ਠਾਕ ਰਵੇ ਇਸੇ ਨੇ ਲੈਂਦੇ ਜਾਜ਼ਾਤ ਅੱਲਾ ਹਾਫਿਜ਼।